ਆਕਾਸ਼ਵਾਣੀ ਖਬਰਾਂ ਪ੍ਰੋਮਿਲਾ ਜੰਬੋਲ ਖੁਲਾ ਪਹਿਲੇ ਖਾਸ ਖਾਸ ਖਬਰਾਂ ਸੰਸਦ ਦਾ ਬਜਟ اجلاس ਅੱਜ ਦਾ ਉਹਨੇ ਸਦਨ ਦੀ ਸੰਯੁਕਤ ਬੈਠਕ ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਕਰਨੇ ਸ਼ੁਰੂ ਹੋ ਈਡੀ ਸੈਨਾ ਦੀ ਜ਼ਮੀਨ ਘੋਟਾਲੇ ਚ ਅੱਜ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਥਮਾ ਰਾਂਚੀ ਚ ਕੁਛ ਕਿਛ ਕਰੋ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਚਾਲੂ ਮਾਲੀ ਬਰੇ ਲਈ ਭਾਰਤ ਦੀ ਸਕਲ ਘਰੇਲੂ ਉਤਪਾਦ ਵਿਰਧੀ ਦਰ ਵਧਾਈ ਹੈ 6.7% ਕੀਤੀ ਹੈ ਭਾਰਤੀ ਨੌ ਸੈਨਾ ਨੇ ਅਦਨ ਦੀ ਖਾੜੀ ਚ ਸੋਮਾਲੀਆ ਦੇ ਸਮੁੰਦਰੀ ਲੁਟੇਰੇ ਥਮਾ 19 ਪਾਕਿਸਤਾਨੀ ਨਾਗਰਿਕਾਂ ਕੀ ਬਚਾਇਆ ਉਨ ਖਬਰਾਂ ਤਫਸੀਲ ਕਰਨਾ ਹੈ ਸੰਸਦ ਦਾ ਬਜਟ اجلاس ਅੱਜੇ ਥਮਾ ਸ਼ੁਰੂ ਹੋਰਦਾ ਹੈ ਸਤਰ ਦੀ ਸ਼ੁਰੂਆਤ ਰਾਸ਼ਟਰਪਤੀ ਦ੍ਰੋਪਦੀ ਮੁਰਮੂਨ ਦੇ ਦੋਨੇ ਸਦਨੇ ਕੀ ਸਾਂਝੇ ਅਭਿਭਾਸ਼ਣ ਕਰਨੇ ਹੋਗ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰ ਵੀਰਵਾਰੇ ਅੰਤਰਿਮ ਬਜਟ ਪੇਸ਼ ਕਰਨਗੇ यह सत्र 9 फरवरी तक चलग सत्र थमा पल सार दौने सदने की सुचारू से चलाने सर्वदलीय बैठक सदी बैठक मगरा नमी दिल्ली च पार्लियमानी मामले के मंत्री प्रहलाद जोशी जे जो सरकार नियमें मुजब सबने मुद्द पर चर्चा तैयार है ਉਨੇ ਵਿਪਕਸ਼ੀ ਦਲ ਇੰਥੇਮਾ ਦਵਨੇ ਸਦਨਿਤ ਸਰਕਾਰ ਦਾ ਸਹਿਯੋਗ ਕਰਨੇ ਤੇ ਤਖਤੀਆਂ ਨਹੀਂ ਅੰਨੇ ਦਾ ਆਗ੍ਰਹਿ ਕੀਤਾ ਜੋਸ਼ੀ ਹਰਿਆਖਿਆ ਜੇ ਸਰਕਾਰ ਨੇ ਲੋਕ ਸਭਾ ਤੇ ਰਾਜ ਸਭਾ ਦੇ ਪੀਠਾਸੀਨ ਅਧਿਕਾਰੀਆਂ ਕੀ ਆਗ੍ਰਹਿ ਕੀਤਾ ਹੈ ਜੇ ਉਹ ਸਿਆਲੈ ਵਾਲੇ ਇਜਲਾਸ ਦੌਰਾਨ ਨिलंबित ਕੀਤੇਗੇ ਦੇ ਸੰਸਦਾਂ ਦਾ ਨिलंबन ਰੱਦ ਕਰੀ ਦੇਣ ਬੈਠਕ ਮਗਰਾ ਮੀਡੀਆ ਕਨੇ ਗੱਲ ਕਰਦੇ ਹੋਏ ਕਾਂਗਰਸ ਨੇਤਾ ਪ੍ਰਮੋਦ ਤਿਵਾਰੀ ਹੋਰ ਨੇ ਆਖਿਆ ਜੇ ਉਹਨੇ ਬੈਠਕ ਦੌਰਾਨ ਸੰਘੀਏ ਢਾਂਚੇ ਪਰ ਕਥਿਤ ਅਮਲੇ ਕਨੇ ਜੁੜੇ ਦੇ ਮੁੱਦੇ ਪੁੱਟੇ ਉਹਨੇ ਗਲਾਇਆ ਜੇ ਕਾਂਗਰਸ ਤੇ ਕਈ ਵਿਪਖਸ਼ੀ ਦਲ ਆਉਂਦੇ ਸੱਤਰ ਦੌਰਾਨ ਮੁਲਖ ਵਿੱਚ ਬੇਰੋਜ਼ਗਾਰੀ ਮਹਿੰਗਾਈ ਤੇ ਵੱਧਦੇ ਕਰਜ਼ ਦਾ ਮੁੱਦਾ ਪੁੱਟਣ ਬੈਠਕ ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਪੀਯੂਸ਼ ਗੋਇਲ ਤੇ ਅਰਜੁਨ ਰਾਮ ਮੇਧਵਾਲ, ਕਾਂਗਰਸ ਨੇਤਾ ਪ੍ਰਮੋਤ Tiwari, TMC ਨੇਤਾ ਸੁਦੀਪ ਬੰਦੂਪਾਧਿਆਏ ਤੇ ਸੁਖਿੰਦੂ ਸ਼ੇਖਰ ਰੇ, JDयू ਨੇਤਾ ਰਾਮਨਾਥ ਠਾਕੁਰ, DMK ਨੇਤਾ TiR ਬਾਲੂ, CPI(M) ਨੇਤਾ P R ਨਟਰਾਜਨ, ਸ਼ਿਵਸੇਨਾ ਨੇਤਾ ਰਾਹੁਲ ਸ਼ਿਵਾਲ ਸ਼ਾਮਲ ਹੋਏ। ਪ੍ਰਵਰਤਨ ਨਿਦੇਸ਼ਾਲੇ ਦੇ ਅਧਿਕਾਰੀ ਕਥਿਤ ਜ਼ਮੀਨ ਕੋਟਾਲਾ ਮਾਮਲੇ 'ਚ ਮੁੱਖ ਮੰਤਰੀ ਹੇਮੰਤ ਸੁਰੇਨ ਉੰਦੇਥਮਾ ਅੱਜ ਪੁੱਛ ਪਰਤਾਲ ਕਰ। ਸੋਰੇਨੋਰਨ ਕਲਪਨੇ ਸੱਤਾਰੂੜ ਗਠਬੰਧਨ ਦੇ ਵਿਧਾਇਕੀ ਕਨੈ ਬੈਠਕ ਕੀਤੀ ਹੀ ਤੇ ਮੌਜੂਦਾ ਘਟਨਾ ਕ੍ਰਮ ਪਰ ਵਿਚਾਰ ਵਿਮਰਸ਼ ਕੀਤਾ ਸੋਮਵਾਰੀ ਈਜੀ ਦੇ ਅਧਿਕਾਰੀਏ ਸੋਰੇਨ ਨੂੰ ਦਿੱਥਮਾ ਪੁੱਛ ਪੜਤਾਲ ਕਰਨ ਲਈ ਉੰਦੇ ਕਾਰ ਆਏ ਹੈ ਈਜੀ ਦੇ ਅਧਿਕਾਰੀਏ ਕੀ ਸੋਰੇਨ ਔਰ ਉੰਦੇ ਕਾਰ ਨਹੀਂ ਲੱਬੇ ਏਜੰਸੀ ਕੀ ਥੋਏ ਦੇ ਈਮੇਲ ਮੁਜਬ ਮੁੱਖ ਮੰਤਰੀ ਉੰਦੇ ਸਚਿਵਾਲੇ ਨੇ ਆਖਿਆ ਜੇ ਸੋਰੇਨ ਔਰ ਅਜ ਪੁੱਛ ਪੜਤਾਲ ਲਈ ਮਜੂਦ ਰੋਂਗਨ ਅੰਤਰਰਾਸ਼ਟਰੀ ਮੁਦਰਾਕੋਸ਼ ਨੇ ਬਰ 2024 ਚ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਬਧਾਏ 6.7% ਕਰ ਦਿੱਤਾ ਹੈ ਇਹ ਉਹਦੇ ਪਿਛਲੇ ਅਨੁਮਾਨ 6.3% ਤੁਮਾ 40 ਆਧਾਰ ਅੰਕ ਮਤਾ ਹੈ ਆਪਣੀ ਤਾਜ਼ਾ ਰਿਪੋਰਟ ਚ ਮੁਦਰਾਕੋਸ਼ ਨੇ ਆਖਿਆ ਹੈ ਜੇ ਭਾਰਤ ਦੀ ਮੱਧਮ ਅਵਧੀ ਦੀ ਸਕਲ ਕਰੇ ਲੋ ਉਤਪਾਦ ਵਿੱਦੀ ਦਰ 6.5% ਰੋਗ ਇਹ ਬੜਾ 2025 ਤੇ 2026 ਦੇ ਪਹਿਲੇ ਵਾਲੇ ਅਨੁਮਾਨ ਤੁਮਾ ਬੀ ਆਧਾਰ ਅੰਕ ਮਤਾ ਹੈ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਆਖਿਆ ਜੇ ਭਾਰਤ ਚ ਸਸ਼ਕਤ ਸਾਰਵਜਨਿਕ ਨਿਵੇਸ਼ ਤੇ ਮਾਕੂਲ ਸ਼੍ਰਮ ਬਾਜ਼ਾਰ ਜਨੇ ਸੰਕੇਤ ਕੀ ਕਰਨੇ ਉਸ ਦੀ ਵ੍ਰਿੱਧੀ ਦਰ ਦਾ ਪਤਾ ਲੱਗਦਾ ਹੈ ਸੰਗਠਨ ਨੇ ਆਖਿਆ ਜੇ ਭਾਰਤ 2024 ਵਾਲੇ ਮਾਲੀ ਬਰੇ ਲਈ ਆਪਣੇ ਚਾਲੂ ਖਾਤਾ ਘਾਟੇ ਦੇ ਅੰਦਾਜ਼ੇ ਦੀ ਸਕਲ ਕਰੇ ਲੂਤਪਾਦ ਦੇ 1.8% ਥਮਾ ਘਟਾਈ ਹੈ 1.6% ਤੱਕ ਕਰੀ ਲੈਗ ਏਜੰਸੀ ਮੁਜਬ ਭਾਰਤ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਚ ਸਭਨੇਸ਼ਾ ਤੇਜ਼ੀ ਕਰਨ ਆਗਮਬਦਦੀ ਅਰਥਵਿਵਸਥਾ ਬਣੀਦਾ ਹੈ 2023 ਬਰੇ ਚ ਭਾਰਤ ਦੀ ਆਰਥਿਕ ਵਿਵ੍ਰਿਧੀ ਦਰ ਚ ਪਿਛਲੇ ਬਰੇ ਦੇ ਮੁਕਾਬਲੇ ਚ 7.2 ਪ੍ਰਤੀਸ਼ਤ ਦਾ ਬਾਦਦਾ ਹੋਇਆ ਹੈ ਸਿਵਲਵ ਬਾਜ਼ੀ ਮੰਚਾਲੇ 1 ਫਰਵਰੀ ਤੁਆ ਉੱਤਰ ਪ੍ਰਦੇਸ਼ ਚ ਜੁਦਿਆ ਅਸਤੇ 8 ਨਵੀਆਂ ਡਵਾਰੀਆਂ ਸ਼ੁਰੂ ਕਰਕ ਜਿਸ ਦੇ ਕੰਨੈਕਸ਼ਨ ਨਾਲ ਲੁਏਗੀ ਬੜੀ ਮਤੀ ਸੌਖ ਹੋਗ ਨਮੀ ਡਵਾਰੀ ਅਲੀ ਸੇਵਾ ਜੁਧਿਆਗੀ ਦਿੱਲੀ ਚੰਨਾਈ ਅੰਮਦਾਬਾਦ ਜੈਪੁਰ ਪਟਨਾ ਦਰਭੰਗਾ ਮੁੰਬਈ ਤੇ ਬੈਂਗਲੁਰੂ ਕੰਨੈਕਸ਼ਨ ਜੋੜਗ ਆਲਚਗੇ ਰਾਮ ਮੰਦਰ ਚ ਉਹਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਮਗਰਾ ਜੁਧਿਆਚ ਸੈਲਸਫਾ ਕੀ ਬੜਾ ਵਤੁਆ ਹੈ ਤੇ ਉਥੇ ਆਰਥਿਕ ਤੇ ਸਮਾਜਿਕ ਵਿਕਾਸ ਦੇ ਮੌਕੇ ਬਦਨ ਇਹ ਖਬਰਾਂ ਤੁਸਾ ਕਾਸ਼ਮਾਨੀ ਪ੍ਰਾਂ ਸੁਨਾਰ ਦਿਓ ਭਾਰਤੀ ਨੌਸੇਨਾ ਦੇ ਜੁੱਧਪੋਤ ਆਈਐਨਐਸ ਸੁਮਿਤਰਾ ਨੇ ਅਰਬ ਸਾਗਰ ਚ ਸਸ਼ਸਤਰ ਸੋਮਾਲੀ ਸਮੁੰਦਰੀ ਡਾਕੂਵਾਂ ਥਮਾ ਚਾਲਕ ਦਲ ਦੇ 19 ਸਦਸਿਆਂ ਤੇ ਇੱਕ ਜਾਜ ਜਗੀ ਬਚਾਉਣੇ ਲਈ ਦੂਆ ਸਫਲ ਅਭਿਆਨ ਚਲਾਇਆ ਭਾਰਤੀ ਨੌਸੇਨਾ ਮੁਜਬ ਆਈਐਨਐਸ ਸੁਮਿਤਰਾ ਨੇ ਸੋਮਾਲੀਆ ਦੇ ਪੂਰਬੀ ਤਟੇ ਪਰ ਮੱਛੀ ਫਗੜਨੇ ਵਾਲੇ ਜਾਜ ਅਲਨਾਈਮੀ ਪਰ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨਕਾਮ ਕਰਿਓੜੀ ਨੌ ਸੈਨਾ ਨੇ ਮੱਛੀ ਫੜਨੇ ਵਾਲੇ ਜਾਜ ਤੇ 19 ਪਾਕਿਸਤਾਨੀ ਨਾਗਰਿਕਾਂ ਦੀ ਜਾਰੀ ਸੋਮਾਲੀ ਸਮੁੰਦਰੀ ਡਾਕੂਆਂ ਤੋਂ ਬਚਾਇਆ ਇਹ ਬਿਆਨ ਪਿਛਲੇ ਤਾਰੇ ਆਈ ਐਨ ਐਸ ਸੁਮਿਤਰਾ ਆਸਿਆ ਇਰਾਨੀ ਚੰਡੇ ਵਾਲੇ ਐਫ ਵੀ ਇਮਾਨ ਦੀ ਸੋਮਾਲੀ ਸਮੁੰਦਰੀ ਲੁਟੇਰੇ ਨੇ ਥਮਾ ਸੁਰੱਖਿਤ ਬਚਾਉਣੇ ਮਗਰਾ ਚਲਾਇਆ ਗਿਆ ਹ ਨੌ ਸੈਨਾ ਨੇ ਆਖਿਆ ਜੇ ਅਭਾਰਣ ਕੀਤੇ ਗਏ ਜਾ ਜੰਗੀ ਕੋਚੀ ਥਮਾ ਤਕਰੀਬਨ 850 ਸਮੁੰਦਰੀ ਮੀਲ ਦੂਰ ਦੱਖਣੀ ਅਰਬ ਸਾਗਰ ਚ ਬਚਾਇਆ ਗਿਆ ਖੇਲੋ ਇੰਡੀਆ ਯੁਵਾ ਖੇਡਾਂ ਦਾ 6ਵਾਂ ਸੰਸਕਰਣ ਅੱਜ ਸੰਨਾ ਚੇਨਾਈ ਵਿੱਚ ਸਮਾਪਤ ਹੋਈ ਜਾਗ ਕੇਂਦਰੀ ਯੁਵਾ ਕਾਰਜ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਸਮਾਪਨ ਸਮਾਰੋਹ ਚ ਹਿੱਸਾ ਲੈਣਗੇ ਖੇਡਾਂ ਦੀ ਸ਼ੁਰੂਆਤ 19 ਜਨਵਰੀ ਕੀ ਹੋਈ ਹੀ ਪੂਰੇ ਦੇਸ਼ ਸਹਿਤ ਹਮਾ ਤਕਰੀਬਨ 5600 ਖਿਡਾਰੀਆਂ ਇਸ ਕਾਰਜਕ੍ਰਮ ਚ ਹਿੱਸਾ ਲੈਤਾ ਚੇਨਾਈ ਦੇ ਇਲਾਵਾ ਬਖਪਖ ਖੇਡ ਮੁਕਾਬਲੇ ਕੋਇੰਬਟੂਰ ਮਦੁਰਾਈ ਤੇ ਤਿਰੂਚਿਚ ਵੀ ਆਯੋਜਿਤ ਹੋਏ ਮਹਾਰਾਸ਼ਟਰ ਨੇ 0 ਦੇ 34 ਚਾਂਦੀ ਦੇ 46 ਤੇ ਕੁੰਜਾ ਕਹਿੰਦੇ ਤੱਕ ਮੇ ਜਿੱਤੀ ਹੈ ਕੁੱਲ 150 ਤੱਕ ਮੇ ਜਿੱਤੀ ਲੇ ਉਹ ਪਹਿਲੀ ਥਾਰੇ ਪਰਿਆ ਇਹਦੇ ਮਗਰ Haryana 35 0 ਦੇ 22 ਚਾਂਦੀ ਦੇ ਤੇ 46 ਕਹਿੰਦੇ ਤੱਕ ਮੇ ਲਈ ਹੈ ਕੁੱਲ 103 ਤੱਕ ਮੇ ਕਨੇ ਦੂਈ ਥਾਰੇ ਪਰਿਆ Tamil Nadu 35 0 ਦੇ ਚਾਂਦੀ ਦੇ 20 ਤੇ ਕਹਿੰਦੇ 66 ਤੱਕ ਮੇ ਜਿੱਤੀ ਹੈ ਕੁੱਲ 91 ਪਦਕੇ ਕਨੇ ਤਰੀ ਥਾਰੇ ਪਰਿਆ ਪਾਰਟੀ ਮੌਸਮ ਬੇਬਾਕ ਨੇ ਆਉਂਦੇ ਕਿਸ਼ ਦਿਨੇ ਚ ਪੱਛਮੀ ਹਿਮਾਲਿਆਈ ਪ੍ਰਾਂਤੈ ਚ ਬੜੀ ਮਤੀ ਬਰਖਾ ਤੇ ਬਰਫਬਾਰੀ ਦੀ ਪੇਸ਼ੰਗੋਈ ਕੀਤੀ ਹੈ ਇਸ ਚਾਲੀ ਦੇ ਹਾਲਾਤ ਜੰਮੂ ਕਸ਼ਮੀਰ ਲੱਦਾਖ ਉਮਾਚ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸ਼ਿ ਸਿੰਚ ਆਉਂਦੇ ਪੰਨੇ ਦਿਨ ਤੱਕ ਇਸ ਚਾਲੀ ਦਾ ਮੌਸਮ ਬਣੀ ਰਹਾ ਦਿੱਲੀ ਪੰਜਾਬ ਹਰਿਆਣਾ ਦੇ ਕਿਸ਼ ਇਸ ਵਿੱਚ ਮੱਧਮ ਥਮਕ ਤੇਜ਼ ਬਰਖਾ ਦੇ ਕਰਨੋ ਕਰਨੀ 30 40 ਕਿਲੋਮੀਟਰ ਫੀ ਕੈਂਟੇ ਦਿਰਫਤਾਰ ਕਰਨੇ ਤੇਜ਼ ਤੇ ਠੰਡੀਆਂ ਬਾਵਾਵਾਂ ਚੱਲਣ ਦਾ ਵੀ ਅੰਦੇਸ਼ਾ ਹੈ ਅਗਲੇ 6 ਦਿਨਾਂ ਤੱਕ ਅਰਪੱਛਮ ਬੰਗਾਲ ਤੇ ਉੱਤਰ ਪੂਰਬ ਭਾਰਤ ਦੇ ਕਿਸ਼ ਇਸ ਸੈਂਚ ਬਰਖਾ ਦੀ ਸੰਭਾਵਨਾ ਹੈ ਕੰਨਾਗੇ ਅਰੁਣਾਚਲ ਪ੍ਰਦੇਸ਼ ਸਿੱਕਮ ਤੇ ਪੱਛਮ ਬੰਗਾਲ ਚ ਐਨ ਵੀ ਭੇਜ ਸਕਦੀ ਹੈ ਅਜਬੜਲੇ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਉੱਤਰ ਪ੍ਰਦੇਸ਼ ਪੱਛਮ ਬੰਗਾਲ ਬਿਹਾਰ ਤੇ 오ਡੀਸ਼ਾ ਦੇ ਕਿਸ਼ ਇਸ ਸੈਂਚ ਕਨਾ ਤੇ ਕੁਤੇ ਕੁਤੇ ਬੜਾ ਕਨਾ ਕੋਰਾ ਛਾਇਦਾਰਿਆ मौसम विभाग मुजब अगले दौ दिन च उत्तर पछम ते मध्य भारत के कें हिस्सों चट्टो तापमान दौवा चार डिग्री सेल्सियस तक बधी जाग अगले चौं दौरानसा भी हिस्सा सीत लहर की मदद नहीं है केंद्रीय गृह ते सहकारिता मंत्री अमित शाह और नमी दिल्ली च कल राज्य के सहकारी समिति के रजिस्ट्रार दफ्तर ते कृषि ते ग्रामीण विकास बैंकें कंप्यूटरीकरण की योजना की शुरू करवाया ਇਸ ਮੌਕੇ ਪਰ ਕੇਂਦਰੀ ਮੰਤਰੀਆਂ ਕਿਹਾ ਰਾਜਿੰਦਰੀ ਸਹਿਕਾਰੀ ਸਮਿਤੀਆਂ ਦੇ ਰਜਿਸਟਰ ਦਫਤਰ ਤੇ ਖੇਤੀ ਤੇ ਗ੍ਰਾਮੀਣ ਵਿਕਾਸ ਬੈਂਕਿੰਗ ਦੇ ਕੰਪਿਊਟਰਾਈਜੇਸ਼ਨ ਦਾ ਕੰਮ ਸਰਕਾਰ ਨੇ ਕੀਤਾ ਹੈ ਇਸ ਦੇ ਹਸਤੇ 250 ਕਰੋੜ ਰੁਪਏ ਖਰਚਾਉ گے۔ ਆਖਰ ਖਾਸ ਖਾਸ ਕਬਰਾਈ ਕਰੀ ਪਰਤੀ ਹੈ ਸੰਸਦ ਦਾ ਬਜਟ اجلاس ਅੱਜ ਦੌਰਾਨ ਸਦਨ ਦੀ ਸੰਯੁਕਤ ਬੈਠਕ ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਤੋਂ ਨੇ ਸ਼ੁਰੂ ਹੋ ईडी सेना ਦੀ ਜ਼ਮੀਕੋਟਾ ਵਿੱਚ ਅੱਜ Jharkhand ਦੇ ਮੁੱਖ ਮੰਤਰੀ हेमंत ਸੁਰਿੰਥਮਾ ਰਾਂਚੀਚ ਪੁੱਜ ਗਿਚਕਰਗ ਅੰਤਰਰਾਸ਼ਟਰੀ ਮੁਦਰਾਕੋਸ਼ ਨੇ ਚਾਲੂ ਮਾਲੀ ਬਰੇਲੇ ਪਾਰ ਦੀ ਸਕਲ ਕਰੇ ਲੋਤਬਾਦ ਵਿੱਦੀ ਦਰ ਬਦਾਈਏ 6.7% ਕੀਤੀ ਤੇ ਪਾਰਤੀ ਨਾ ਸੈਨਾ ਨੇ ਅਦੰਦੀ ਖਾੜੀ ਚ ਸੋਮਾਲੀਆ ਦੇ ਸਮੁੰਦਰੀ ਲੁਟੇਰਿੰਥਮਾ 19 ਪਾਕਿਸਤਾਨੀ ਨਾਗਰੀਕਾਂ ਨੂੰ ਬਚਾਇਆ ਖਬਰਿੰਦੇ ਬੁਲੇਟਿਨ ਚ ਬਸ ਇਨਾ ਗਏ